ਭਾਈ ਦਿਆ ਸਿੰਘ ਜੀ ਸੰਤ ਸੇਵਕ ਜਥਾ ਰਾੜਾ ਸਾਹਿਬ ਵਾਲਿਆਂ ਵੱਲੋਂ ਜਥੇ ਦੇ ਮੁੱਖ ਸੇਵਾਦਾਰ ਭਾਈ ਕੁਲਵੀਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਵਿਖੇ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਅਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਸਮਾਗਮ ਸ਼ਰਧਾ ਤੇ ਸਤਿਕਾਰ ਸਹਿਤ ਮਨਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਬੀਬੀ ਉਜਾਗਰ ਕੌਰ ਜੀ ਰਤਵਾੜਾ ਸਾਹਿਬ ਵਾਲਿਆਂ ਅਤੇ ਉਹਨਾਂ ਦੇ ਜਥੇ ਵੱਲੋਂ ਆਸ਼ਾ ਜੀ ਦੀ ਵਾਰ ਦੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜਥੇ ਦੇ ਮੁੱਖ ਸੇਵਾਦਾਰ ਭਾਈ ਕੁਲਵੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਸਾਧ ਸੰਗਤ ਚਮੜੇ ਦੀ ਜੀਤ ਉਹਨਾਂ ਮਹਾਂਪੁਰਸ਼ਾਂ ਦੀ ਉਸਤਤ ਨਹੀਂ ਕਰ ਸਕਦੀ ਕਿ ਉਹਨਾਂ ਮਹਾਂਪੁਰਸ਼ਾਂ ਨੇ ਕਰਨੀਆਂ ਕਮਾਈਆਂ ਤੇ ਆਪਣੇ ਜੀਵਨ ਕਿਸ ਤਰ੍ਹਾਂ ਗੁਰੂ ਦੇ ਲੇਖੇ ਲਾਏ। ਜਦੋਂ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦਸਵੀਂ ਪਟਿਆਲੇ ਪੜ੍ਹਦੇ ਸਨ ਤਾਂ ਜਦੋਂ ਉਹਨਾਂ ਨੇ ਪਟਿਆਲੇ ਤੋਂ ਬਾਬਾ ਬਿਸ਼ਨ ਸਿੰਘ ਜੀ ਨਾਲ ਕੇ ਸੰਤ ਬਾਬਾ ਦਰਸ਼ਨ ਜੀ ਰੇਨੂ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਨਜ਼ਾਰੇ ਕੀਤੇ ਜੋ ਕਿ ਰਾਮਪੁਰਾ ਕਲੇਰ ਦੇ ਵਿੱਚ ਗੁਰਦੁਆਰਾ ਰੇਨੂ ਸਾਹਿਬ ਹੈ, ਉੱਥੇ ਸੰਤ ਬਾਬਾ ਦਰਸ਼ਨ ਜੀ ਮਹਾਰਾਜ ਰਿਹਾ ਕਰਦੇ ਸਨ। ਜਦੋਂ ਦਰਸ਼ਨ ਨਜ਼ਾਰੇ ਕੀਤੇ ਉਹਨਾਂ ਦੇ ਹੋ ਕੇ ਰਹਿ ਗਏ, ਉੱਥੇ ਹੀ ਮੁੜ ਕੇ ਘਰ ਜਾਣ ਦੀ ਇੱਛਾ ਦਾ ਤਿਆਗ ਕਰ ਦਿੱਤਾ ਤੇ ਉਸੇ ਜਗ੍ਹਾ ਦੇ ਖੰਡੇ ਦੀ ਪਹੁੰਚ ਲੈ ਕੇ ਗੁਲਾਬ ਸਿੰਘ ਤੋਂ ਸੰਤ ਬਾਬਾ ਈਸ਼ਵਰ ਸਿੰਘ ਜੀ ਦਾ ਨਾਮ ਪ੍ਰਸਿੱਧ ਹੋਇਆ ਤੇ ਉੱਥੇ ਜੋ ਉਹਨਾਂ ਨੇ ਲੰਮਾ ਸਮਾਂ ਬਾਬਾ ਦਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਤਪ ਕੀਤਾ ਤੇ ਉਹਨਾਂ ਦੇ ਸਰੀਰ ਜਾਣ ਤੋਂ ਬਾਅਦ ਰਾੜਾ ਸਾਹਿਬ ਦੀ ਕੱਲਰ ਧਰਤੀ ਜੰਗਲ ਦਾ ਇਲਾਕਾ ਜਿੱਥੇ ਮਹਾਂਪੁਰਸ਼ਾਂ ਨੇ ਛੱਪੜੀ ਬਣਾ ਕੇ ਕਿੰਨੇ ਕਿੰਨੇ ਦਿਨ ਬਿਨਾਂ ਪ੍ਰਸ਼ਾਦ ਤੋਂ ਬੈਠ ਕੇ ਤਪ ਕੀਤਾ। ਅੱਜ ਤਾਂ ਆਪਾਂ ਇਮਾਰਤਾਂ ਨੂੰ ਦੇਖ ਲੈਂਦੇ ਹਾਂ, ਉਹ ਸਮਾਂ ਜਦੋਂ ਮਹਾਂਪੁਰਸ਼ਾਂ ਨੇ ਪਰ ਜਵਾਨੀ ਦੇ ਵਿੱਚ ਆਈਆਂ ਸੰਗਤਾਂ ਅਤੇ ਜਥੇ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ ਵੱਲੋਂ ਕਰਦੇ ਹੋਏ ਜਥੇ ਅਤੇ ਪਤਵੰਤ ਸੱਜਣਾਂ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ ਫੋਕਸ .ਪੰਜਾਬੀ, ਯੂਰ ਸਿਟੀ ਯੂਰ ਨਿਊਜ਼।